मैं एक बेनती करनी चाहवागा तुहाडे चरणां च। अज ना एक बड़ा मसला जिहा उलझिया होया, तर्क 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 तर्क। मेरी हाथ जोड़ के बेनती, मेरी भावना दे उत्ते शक ना करियो, पर मैं कहिंदा सानू डरन दी की लोड़ है जी। साडे कोल किते हवा च कीतियां गल्लां ने, साडे कोल बहुत कमाल दा तत् ज्ञान है। डरन ते वो लोग जिन्हां ने कहा है हवा दे विच हाथ मारिया ते बच्चा पैदा कर दिता, कख रखिया ते बच्चा पैदा कर दिता, है ना, हवाई गल्लां जिन्हां कोल। साडे कोल ते सॉलिड गल है, जिंदगी दे हर सवाल दा जवाब है साडे कोल। भावें वह राजनीतिक है, भावें वह आर्थिक है, भावें वह समाजिक है, भावें वह साड़ी परसनल जिंदगी ना संबंधित है, हर सवाल का जवाब है। दुनिया करे सवाल, असीं क्यों डरीए सवालों तो भी। वाहिगुरु करे शरदा भावना भी पैदा होवे, पर बौद्धिक तल भी उच्चा होवे, क्योंकि असी समाजिक हाँ। असी जंगलों से रहने वाले कल्ले जीण वाले नहीं हाँ, असी समूहक रूप से जीण वाले हाँ। ਜੇ ਸਮੂਹਕ ਰੂਪ ਵਿੱਚ ਜੂਣ ਵਾਸਤੇ ਸਾਨੂੰ ਸਿਖਾਇਆ ਸੀ ਵੀ ਤੁਸੀਂ ਰੋਜ਼ ਕਿਆ ਕਰਨਾ ਤੇਰੇ ਭਾਣੇ ਸਰਬੱਤ ਦਾ ਭਲਾ, ਉਹਦੇ ਵਾਸਤੇ ਬਹੁਤ ਵੱਡਾ ਪੋਲਸੀ ਮੈਟਰ ਚਾਹੀਦਾ। ਮਾਫ਼ ਕਰਿਓ, ਉਹ ਤਾਂ ਅਸੀਂ ਕੌਮੀ ਪੱਧਰ 'ਤੇ ਵੀ ਨਹੀਂ ਤਿਆਰ ਕੀਤਾ। ਲੋਕਾਂ ਕੋਲ ਥਿੰਕ ਟੈਂਕ ਨੇ, ਉਹ ਬੈਠ ਕੇ ਸੋਚਦੇ ਨੇ, ਉਹ ਸੌ ਸੌ ਸਾਲ ਦੀਆਂ ਪੋਲਸੀਜ਼ ਬਣਾਉਂਦੇ ਆ ਵੀ ਅਸੀਂ ਭਵਿੱਖ ਵਿੱਚ ਕੀ ਕਰਨਾ, ਅਤੇ ਅਸੀਂ ਤਾਂ ਇੱਥੇ ਕੰਧ ਬਣਾ ਕੇ 10 ਵਾਰੀ ਇੱਧਰ ਨੂੰ ਬਣਾ ਦਿਓ ਅਤੇ ਇੱਧਰ ਨੂੰ ਬਣਾ ਦਿਓ ਅਤੇ ਢਾਹ ਦਿਓ, ਤਾਂ ਕੋਈ ਗੱਲ ਨਹੀਂ, ਬਾਬੇ ਕਾਰ ਸਭਾ ਵਾਲੇ ਇਸੇ ਵਾਸਤੇ ਨੇ। ਔਰ ਉਹ ਤਾਂ ਹੋਏਗਾ ਜਦੋਂ ਤੁਸੀਂ ਪੜ੍ਹਨਾ ਸ਼ੁਰੂ ਕਰੋਗੇ। ਅਸੀਂ ਜਦੋਂ ਵੀ ਕਿਤੇ ਗੱਲ ਚੱਲਦੀ ਹੈ ਤਾਂ ਯਹੂਦੀਆਂ ਦੀ ਮਿਸਾਲ ਦਿੰਦੇ ਹਾਂ, ਉਹਨਾਂ ਲੋਕਾਂ ਨੇ ਇਹੀ ਕੁਛ ਕੀਤਾ। ਨੇਕੀ ਸਾਹਿਬ ਨੇ ਜ਼ਿਕਰ ਕੀਤਾ, ਕਹਿੰਦੇ ਅਸੀਂ WHO ਦੀ ਇੱਕ ਇਕੱਤਰਤਾ ਸੀ, ਉੱਥੇ ਗਏ ਅਤੇ ਇੱਕ ਬੀਬੀ ਸੀ ਉੱਥੇ, ਉਹ ਸ਼ਾਇਦ ਉਹ ਵਾਈਸ ਚੇਅਰਮੈਨ ਸੀ, ਕਿਸੇ ਉੱਚੇ ਅਹੁਦੇ 'ਤੇ ਸੀ, ਅਤੇ ਬੜਾ ਉਹਦਾ ਅਟਰੈਕਟਫੁੱਲ ਸੁਭਾਅ, ਬੜਾ ਹਸਮੁੱਖ, ਬੜਾ ਚੰਗਾ ਸੁਭਾਅ, ਅਤੇ ਬੜੀ ਵਿਦਵਾਨ। 5-6 ਉਹਨੇ PhDਆਂ ਕੀਤੀਆਂ ਹੋਈਆਂ। ਕਹਿੰਦੇ ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਇੰਨੇ ਚੰਗੇ ਸੁਭਾਅ ਵਾਲੇ ਹੋ ਅਤੇ ਇੰਨਾ ਕਿੱਦਾਂ ਤੁਸੀਂ ਪੜ੍ਹੇ, ਅਤੇ ਉਹਨੇ ਦੱਸਿਆ, ਕਹਿਣ ਲੱਗੇ ਕਿ ਮੇਰੇ ਦਾਦੇ ਹੋਰਾਂ ਨੇ ਨਾ ਇੱਕ ਨਿਰਣਾ ਕੀਤਾ ਸੀ ਜਦੋਂ ਉਹਨਾਂ 'ਤੇ ਜ਼ੁਲਮ ਹੋਇਆ ਸੀ ਹਿਟਲਰ ਵੱਲੋਂ, ਅਤੇ ਉਹਨਾਂ ਨੇ ਇਕੱਠਿਆਂ ਬੈਠ ਕੇ ਇੱਕ ਨਿਰਣਾ ਕੀਤਾ ਸੀ ਕਿ ਆਪਣੇ ਬੱਚੇ ਰੱਜ ਕੇ ਪੜ੍ਹਾਉਣੇ ਆ, ਅਤੇ ਉਸ ਨਿਰਣੇ ਕਰਕੇ ਕਹਿੰਦੀ ਮੈਂ ਇਸ ਜਗ੍ਹਾ 'ਤੇ ਪਹੁੰਚੀ ਹਾਂ, ਇੱਥੇ ਬੈਠ ਕੇ ਮੈਂ ਆਪਣੀ ਕੌਮ ਨੂੰ ਵੀ ਰੀਪ੍ਰਜੈਂਟ ਕਰ ਰਹੀ ਹਾਂ ਅਤੇ ਮੈਂ ਲੋਕਾਂ ਦਾ ਵੀ ਭਲਾ ਕਰ ਰਹੀ ਹਾਂ।